ਚਮਕੌਰ ਦੀ ਗੜੀ ਅੰਦਰ ਬਾਬਾ ਅਜੀਤ ਸਿੰਘ ਜੀ ਦਸਮ ਪਿਤਾ ਤੋਂ ਜੰਗ 'ਚ ਜਾਣ ਦੀ ਆਗਿਆ ਲੈਂਦੇ ਹੋਏ ਕੀ ਕਹਿੰਦੇ ਨੇ? ਹੋ ਮੇਰੇ ਸਿਰ ਧਮਾਲਾ ਭੰਨਿਆ, ਮੇਰੇ ਹੱਥ ਵਿੱਚ ਤਲਵਾਰ, ਮੈਨੂੰ ਘੋੜਾ ਖੜਾ ਉਡੀਕਦਾ ਜੀ ਤੇ ਹੋ ਕੇ ਜਾਊ ਸਵਾਰ ਜੀ, ਮੈਂ ਐਡਾ ਖੋਪੜ ਭੰਨਣੇ ਜੋ ਮਾਰੇ ਸੱਟ ਲਹਾਰ, ਉਹ ਕੀ ਤੋੜੂ ਸਾਡੇ ਹੌਸਲੇ ਆ ਤੀਰਾ ਦੀ ਪਛਾੜ ਜੀ, ਮੈਂ ਪਾੜ ਕੇ ਵੈਰੀ ਗੱਬਿਓ ਅੱਜ ਕਰ ਦੂ ਠੰਡੇ ਸੀਤ, ਪਿਤਾ ਜੀ ਦੇ ਕੇ ਥਾਪੜਾ ਤੋੜ ਦੋ ਫੜ ਕਹਿੰਦਾ ਪੋਤੀ ਅਜੀਤ। ਅੱਜ ਮੈਂ ਵਿੱਚ ਗੜੀ ਚਮਕੌਰ ਦੇ ਐਸੀ ਬਾਹੂਗਾ ਤਲਵਾਰ ਜੀ, ਅੱਜ ਸਣੇ ਗਰਦਣਾ ਤੋੜ ਦੂ ਮੈਂ ਵੈਰੀ ਦਾ ਹੰਕਾਰ, ਭਾਵੇਂ ਉਮਰ ਚ ਨਿੱਕਾ ਕਹਿਣ ਨੂੰ ਪਰ ਅੱਗ ਦੀ ਨਿਰੀ ਅੰਗਾਰ, ਦੇਖੋ ਮੈਥੋਂ ਕਾਲਾ ਜਾਣ ਨੂੰ ਮੇਰਾ ਖੜਾ ਏ ਵੀਰ ਜਜਾਰ, ਸਾਨੂੰ ਬੱਬਰ ਸ਼ੇਰ ਬਣਾ ਗਈ ਥੋੜੀ ਸਿਰ ਲੈਣ ਦੀ ਰੀਤ, ਪਿਤਾ ਜੀ ਦੇ ਕੇ ਥਾਪੜਾ ਤੋੜ ਦੋ ਫੜ ਕਹਿੰਦਾ ਪੋਤੀ ਅਜੀਤ। ਜੀ ਮੈਂ ਪੜ ਕੇ ਬਾਣੀ ਕੱਜਣਾ ਜੋ ਗਾਉਂਦੇ ਢਾਡੀ ਵਾਰ ਜੀ, ਅੱਜ ਚਾਲੀਆਂ ਹੱਥੋਂ ਦੇਖਿਓ 10 ਲੱਖ ਜਾਣਗੇ ਹਾਰ, ਭਾਵੇਂ ਖੇਰੂ ਖੇਰੂ ਹੋ ਗਿਆ ਸਰ ਸਰਸਾ ਤੇ ਪਰਿਵਾਰ, ਦਾਦਾ ਤੇਗ ਬਹਾਦਰ ਤੇਗ ਚੋਂ ਖੁਦ ਰਹੇ ਨੇ ਝਾਤੀ ਮਾਰ ਜੀ, ਜਗ ਯਾਦ ਰੱਖੂਗਾ ਦੇਖਿਓ ਆ ਸਮਾਂ ਤੇ ਇਹ ਤਰੀਕ, ਪਿਤਾ ਜੀ ਦੇ ਕੇ ਥਾਪੜਾ ਤੋੜ ਦੋ ਫੜ ਕਹਿੰਦਾ ਪੋਤੀ ਅਜੀਤ। ਸਾਡੇ ਸੁਣਨ ਜਕਾਰੇ ਕੱਜਦੇ ਉਹ ਹੋ ਕੇ ਪੱਪਾ ਭਾਰ ਜੀ, ਉਹ ਪੁਸ਼ਤਾਂ ਤੱਕ ਨੀ ਭੁੱਲਦੇ ਕੀ ਹੁੰਦੇ ਆ ਸਰਦਾਰ ਜੀ, ਰਹੇ ਮੁਗਲਾਂ ਦੀ ਇਸ ਫੌਜ ਨੂੰ ਸਾਡੀ ਜੁਰ ਦੀ ਆਵਾਜ਼ਾਂ ਮਾਰਨਾ, ਕੋਈ ਬਚਣਾ ਲਾਂਬੂ ਲਾਉਣ ਨੂੰ ਸਾਨੂੰ ਜਿੰਨਾ ਭਾਈ ਵੰਗਾਰ, ਇਹ ਸਿੱਖੀ ਰੂਪੀ ਚੱਠਿਆ ਬਸ ਮੰਗੇ ਸਿਰਾਂ ਦੀ ਫੀਸ, ਪਿਤਾ ਜੀ ਦੇ ਕੇ ਥਾਪੜਾ ਤੋੜ ਦੋ ਫੜ ਕਹਿੰਦਾ ਪੋਤੀ ਅਜੀਤ।